करता अमर उस्ताद ही करी बात नवे रंग विच नवे ढंग विच नवी गल्ले ते नवी बात थारी खिदमत ए जार हो रे दोस्तों जी थ आपको चंगी तरह पता बताई तो अज़हा निआमोदामोदे तिलसिले तुसा देखने पे तकरीबन हर बंदा उसने जहन चाहिए यार भाई देखा दुम्बई घेण है वाड़की घिरणी है कुडांी घेणा है कि ईद नी सुनो तो अदा कर सकेस्म ता असा भी कलबाग मंडीच खलोतियाँ अगर मीहाली तहसील ईसा खल नी ग की थी अचे ईद तो एक दी पहले यानी कि हाज हल सब तो वडी मंडी है जेरे बंदे सुते रानन यानी कि रहे खोयते होने उनन ईदी यरे थीन ये ते यह जे मुंह भी आखरी ढारे इस मंडी चाहिएते होने मेले तो सब खुशी नी लेबी असा के आजकल बाग घिननवा देख लिया पांच बंदे थारे भवाल हो रही है दू असा हां ते वाड की सुथरी घिरी लग गई था आप रंगी सुथरी घिनसी यार सारे रंगी मिल गए तो पैसे कुछ और होसन बहरहाल अल्लाह कोशिश करता के सारे रंगी मेले वजे

ਪੂਰੀ ਮੰਡੀ ਦਾ ਸਿਹਤਮਾਨ ਚੌਕੁਰ ਸਾਤਾ ਦੇਖ ਰਹੇ ਪਿਆ ਠੀਕ ਹੈ ਤਕਰੀਬਨ ਮਣਾ ਨੇ ਹਿਸਾਬ ਨਾਲ ਉਤੇ ਮਾਸ ਲਗਾ ਹੋਇਆ ਠੀਕ ਹੈ ਤੇ ਜ਼ੈਦ ਇਸਨਾ ਹੁਣ ਸੌ ਦਾ ਮਾਰ ਹੁਣ ਆਇਆ ਖਲੇ ਦੇਖਾ ਕਿਤਰਾ ਵੇਖਣਾ ਪਿਆ ਇਸਨਾ ਮੰਗਣਾ ਪਿਆ ਮੈਂ ਤੇ 60 ਮੰਗਦਾ ਪਿਆ ਇਸਨਾ 60 ਮੰਗਣਾ ਪਿਆ ਜੀ ਜੀ ਹਾਂ ਤੇ ਇਸ ਵਿੱਚ ਕਿਹੜੀ ਖੂਬੀ ਹੈ ਜਿਹੜੀ ਗੱਲ ਤੂੰ 60 ਮੰਗਣਾ ਪਿਆ ਜੀ ਜੀ ਹਾਂ ਯਖਣੀ ਪੀਵੜੀ ਪਾਦੀ

यानी की आई त ईद थी कई आहे आख़िरी ॾिहाड़े ते आई थी तूं रजा खाईं त घी केर असां असांजी साठ पैंठ नी मेल अञा ॾेढ लख तले गाल ई ਤਖੇ ਨੇ ਮੈਂ ਕਹਿ ਰਣ ਲੱਖ ਤਈ ਭਰਉਣ ਕਰਨ ਤਿਆਰ ਮੈਂ ਤਾਂ 2 ਲੱਖ ਹੀ ਭਰਨਾ ਮਿਲਨੀ ਨਹੀਂ ਮੇਰੀ ਸ਼ਾਇ ਮੈਂ ਖੇਨੋ ਕਿਸੀ ਕਿ ਨਹੀਂ ਮੈਂ ਤਾਂ ਖੇਣਾ ਇਹ ਜੀ ਤੂੰ ਗੱਲਾਂ ਕਰ ਰਣ ਮੈਂ ਆਖਰ ਤੇ ਗੁਜ ਰੈਣਾ ਕੂਕੜ ਨਹੀਂ ਨਕਰਨੀ ਇਨਸ਼ਾ ਅੱਲਾ ਕੂਕੜ ਨਹੀਂ ਕਰੇ ਤਾਂ ਕਰੇ ਤਾਂ ਵਾੜ ਕੇ ਨਹੀਂ ਤੇਰੀ ਦੁਆ ਚਾਹੀਦੀ ਬੰਦੇ ਪੂਰੇ ਨੇ 7 ਬੰਦੇ ਬਿਲਕੁਲ 7 ਬੰਦੇ ਪੂਰੇ ਨੇ ਇਨਸ਼ਾ ਅੱਲਾ ਚਾਚਾ ਰੇਟ ਕਿੰਨੇ ਠੀਕ ਹੈ ਕਿ लोग इतने व्यापारी औखत नहीं करें ना ना शाद रूल का है हाँ व्यापारी बहु घाबरे खले ना बहु किसने किस किस हमने घाबरे खले डिटर जी आंधिया ने दो लाख नहीं थे इतने डिना एक लाख साठ हाँ किले तो लाख दे आने थे इतने नवे मिलना है यानी कि आवाम आवाम तो जेबां ते सब बलायती है बलायत नहीं है आवाम लवाऊं लवाऊं कर नहीं काम करेंगे तो व्यापारी क्यों है मैं व्यापारी यहाँ ते घिन्ने यहाँ ते डे नहीं हूँ हाँ। दोने दोने तो के के है है इसे जी फटना को सारत परेशानी पते रही ज़ेरी मंडी ते पांच सौ रुपया चोखुर विकाय या नहीं विका साली त्रिकुल त्रोट गई है ना इतने की कोई पर्ची आल को

देखो चाचे नी रिक्वेस्ट है साको वजीर आला ना ना कारके तू भी खालन मंडी पर्ची गिन्न पी ये पेली मंडी जड़ी जेरी। जी जेरी असा टैक्स नी दिता इस तो इलावा जेरी मंडी थी टैक्स डेने पोते तो अलावा जी मेन गाल खानी किल् महंग है ठीक है, है। किल् यानी कि घर चौ चोखु चो महंगी व्यापारी आख लोन ठीक है मुँह डे बंदा के पैसे न लैसें ਉਸ ਤੋਂ ਦੇਖੋ ਇਸ ਟਾਈਮ ਬੜਾ ਸੋਹਣਾ ਤੇ ਸੁਥਰਾ ਜਿਹਾ ਵੜਕਾ ਤੁਸੀਂ ਦੇਖਨੇ ਪਇਓ ਕਾਫੀ ਬਿਹਤਰੀਨ ਜੀ ਸ਼ੇਪ ਇਸਨੇ ਰੰਗ ਨਹੀਂ ਹੋ ਜਾਂ ਗੋਸ਼ਤ ਨਹੀਂ ਹੋ ਤੁਸੀਂ ਦੇਖੋ ਤਾਂ ਬੜਾ ਮਜ਼ਾ ਕਰੈਣਾ ਪਿਆ ਪੱਲਾ ਹੋਇਆ ਹੈ ਸੇਥ ਲੈ ਤਾਂ ਇਸ ਨਾਲ ਮਾਲੂਕੀ ਸਾਡੇ ਨਾਲ ਖਲੋਤੇ ਇਸ ਨਾਲ ਤੁਹਾਡੀ ਗੱਲਬਾਤ ਕਰਵੈ ਨਾ ਉਸ ਤੋਂ ਇਲਾਵਾ ਘਿੰਨੋ ਨਾਲ ਬੰਦਈ ਵਥੇ ਦੇਖੋ ਉਹ ਇਸਨਾ ਕੀਤੀ ਰੇਟ ਲੈ ਨੇ ਨਣੀ ਢੋਕੀ ਨਹੀਂ ਇਹ ਕਿ ਨਹੀਂ ਇਸੀ ਕੀਤੀ ਚਾਚਾ ਦੋਂਦਾ ਹੈ ਦੋਂਦਾ ਹੈ

ਅਸਾ ਦੇ ਕੇ ਲੱਖ ਨੇ ਘੇਰ ਘੇਰ ਬਣਾ ਇਹ ਲਾਲਾ ਤੇ ਕੋ 30 ਤਾਂ ਨਹੀਂ ਮਿਲਦਾ ਅੱਛਾ 1 ਲੱਖ 30 ਤਾਂ ਇਹ ਪੂਰੇ 20 ਬੰਦੇ ਵੇਚਣਾ ਖਲਿਆ ਇੱਕ ਅੱਛਾ ਯਾਨੀ ਕਿ 6000 ਪਰ ਬੰਦਾ ਰਕੀ ਖਲਿਆ ਹੋ ਜੀ ਹਾਂ 1 ਲੱਖ 20 ਮਤਲਬ ਹਜ਼ਾਰ ਹਜ਼ਾਰ ਮੁਨਾਫਾ ਕਰਾ ਤਾਂ ਪੂਰੇ 40 ਥੀ ਚਲੋ ਅੱਲਾ ਦੇਖਣਿਆ ਰਿਆ ਮਾਰ ਭਾਈ ਹੋਰ ਗਈ ਤਾਂ ਤੇਰਾ ਮੂੰਹ ਯਰੇ ਦੱਸੇ ਨਾ ਪਿਆ ਭਾਈ ਤੂੰ ਖੇ ਨੂੰ ਨਹੀਂ ਖਾ ਲਈ ਤੇਰੇ ਜਰੇ ਨਾ ਇਹ ਘਿੰਸੀ ਕੋਨਾ ਖਾ ਲਈ ਪੂਰੀ ਮੰਡੀ ਫਿਰ ਸੀ ਸਾਲਾ ਹੀ ਚੇਲੰਜ ਹੈ ਅਸੀਂ ਫੌਜੀ ਰਿਟਾਇਰਾਂ ਸਾਕੋ ਪਤਾ ਹੈ ਇਹ ਆਖਰ ਗਿੰਦੀ ਪੰਜਾਬ 55 ਵਾਲੀ ਹੋਰ ਗਾਖ ਸਾਡੇ ਨਾਲ ਖਲੋਤੇ ਨਹੀ ਮੰਡੀ ਚਾਹ ਕੇ ਜੇ ਰਹਿਣਾ ਇਥੇ ਆਪਣੀ ਈਦ ਵਾਸਤੇ ਜਾਨਵਰ ਗੋਲੇ ਨੇਥੇ ਜੀ ਅਸਲਾਮੁਅਲੈਕਮ ਵਾਲੇਕੁਮ ਸਲਾਮ ਕੁਛ ਗਿੱਦੀ ਨੇ ਕੀ ਜੇ ਫਿਰ ਨਹੀਂ ਆਤੇ ਆ ਬਸ ਸਿਰਫ ਰੇਟ ਕਰਨੇ ਆਤਨੇ ਕੋਈ ਬੜਨਾ ਨਹੀਂ ਪਿਆ ਰੇਟ ਜੇ ਖਾਸ ਅੱਛਾ ਕਿਉਂ ਮੰਗੇ ਬਉਨ ਕੀ ਹਾਂ ਨਹੀਂ ਸੀ ਨਾ ਗੇਨਨ ਕਾ ਮੰਗੀ ਬਉਨ ਕੀਮਤ ਡਬਲ ਦਿਸੇ ਨੇ ਪੈਨ ਆਜਾ ਪਟਕਾ ਦੇ ਮੇਜ ਆ ਰਹੀ ਲੇਕਿਨ ਲੋਕ ਤਾਂ ਖੇਨਾ ਜੇ ਰਹਿਣਾ ਭਾਈ ਵਪਾਰੀਆਂ ਇਹ ਆਖੇ ਭਈ ਅਸਾਂ ਵੇ ਨਹੀਂ ਘਰਾਂ ਭਈ ਵਦਕੀਆਂ ਡਾਂਡ ਤੇ ਫਾਂਡ ਖਾਤ ਰੇ ਨਹੀਂ ਆਂ ਭਈ ਨਾ ਨਾ ਅਸਾਂ ਤਾਂ ਇਸ ਤੋਂ ਘਾਟ ਦੇ ਸਾਂ ਹੀ ਨਹੀਂ ਇੱਥੇ ਜੇ ਲੈ ਅਸਾਂ ਘਰਾਂ ਚੋ ਖੇਨ ਕਿਨੇ ਨਹੀਂ ਆ ਇੱਥੇ ਲੋਕ ਨਜ਼ੀਕ ਹੀ ਨਹੀਂ ਲਗਣਾ ਕੀ ਚੱਕਰੇ ਚੱਕਰੇ ਵੇਨਾ ਕਿ ਤੁਸੀਂ ਉਥੋਂ ਨੈਨੋ ਮਤਲਬ 15000 ਨਹੀਂ ਚੀਜ਼ ਜੇ ਲੋ ਇੱਥੇ ਨੈਨੋ 15000 ਉੱਤੇ ਦੇ ਸਾਂ ਨਾ 30000 ਤੋਂ ਤਾਂ ਨਹੀਂ ਵਿਕਨੀ ਨਾ 5000 ਰੁਪਏ ਮੁਨਾਫਰ ਕਹਿਣ 6000 ਰੁਪਏ ਕਹਿਣ ਇਹ ਕੁਝ ਹੀ ਹੋਣੀ ਹੈ

ਤਾਂ ਉਹਨਾਂ ਨੇ ਮਾਲਕ ਨਾਲ ਹੀ ਤੁਹਾਡੀ ਗੱਲਬਾਤ ਅਸਾਂ ਕਰਵੈਨੇ ਆ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਤੇ ਕਿਤਨਾ ਡਿਮਾਂਡ ਇਸ ਨਹੀਂ ਤੇ ਕੀ ਰੇਟ ਇਹ ਜੀ 2 ਲੱਖ ਰੁਪਏ 2 ਲੱਖ ਰੁਪਏ ਜੀ ਜੀ ਕੋਈ ਰੇਟ ਸ਼ੇਟ ਲੱਗ ਗਈ ਹੈ ਇਸ ਨਾਲ ਜੀ ਕੋਈ ਸਾਰੀ ਸਮਝ ਵਾਲਾ ਮੁੱਲ ਕੋ ਨਹੀਂ ਆਇਆ ਜੀ ਮੁੱਲ ਕੋ ਨਹੀਂ ਆਇਆ ਸਾਰੀ ਸਮਝ ਵਾਲਾ ਅੱਛਾ ਅੱਛਾ ਜੀ ਜੀ ਯਾਨੀ ਕਿ ਅਜੇ ਤੱਕ ਰੇਟ ਸ਼ੇਟ ਲਾਇਆ ਨਹੀਂ ਕੋਈ ਨਹੀਂ ਲਾਇਆ ਅੱਛਾ ਅੱਛਾ ਜੀ ਕਿਤਨੇ ਤੱਕ ਤੁਸੀਂ ਦੇਉਣ ਕਰਨ ਤਿਆਰ ਹੋ

ਕਲਾ ਬਾਗ ਮੰਡੀ ਚ ਵਤਿਆ ਇ ਇ ਆਖਰੀ ਦਿਹਾੜੇ ਹਰ ਬੰਦੇ ਦੀ ਇਹ ਖੁਆਇਸ਼ ਹੈ ਕਿ ਸਸਤਾ ਤੇ ਸੁਥਰਾ ਤੇ ਸੋਹਣਾ ਜਿਹਾ ਜਾਨਵਰ ਸਾ ਕੋ ਮਿਲਾਂ ਜੇ Eid ਵਾਸਤੇ ਤਾਂ ਇਸ ਟਾਈਮ ਅਗਰ ਦਾਨਦਾਨੀ ਕੈਟਾਗਰੀ ਨਹੀਂ ਗੱਲ ਕਰਾਂ ਤਾਂ ਇੱਕ ਹੋਰ ਬਿਹਤਰੀਨ ਤੇ ਚਾਂਜਾ ਜਿਹਾ ਘਰ ਨਾ ਪੱਲਾਉਆ ਨਾਸ ਤੇ ਨਖਰੀਲਾ ਜੀ ਆਦਾਂ ਅਸਾਂ ਇੱਥੇ ਡਿਠੇ 2.5 ਲੱਖ ਡਿਮਾਂਡ ਹੈ ਕਿਤੀ ਬੰਦੇ ਪਰੋ ਇਹ ਸੁਣ ਕੇ ਤੇ ਜੇ ਰਹਿਣਾ ਨਿਕਲੇ ਨੇ ਉਹਨਾਂ ਨੇ ਭਈ ਪਰੇ ਕਾਰ ਅਗਲੀ ਸਾਲ ਕਰਾਂ ਚਾ ਤੇ ਇਸਨੇ ਮਾਲਕ ਨਾਲ ਹੀ ਤੁਹਾਡੀ ਗੱਲ ਬਾਤ ਕਰਵੈ ਨੇ ਜੀ ਅਸਲਾਮੁਅਲੈਕੁਮ ਵਾਅਲੈਕੁਮ ਸਲਾਮ ਜੀ ਕੀ ਡਿਮਾਂਡ ਹੈ ਇਸਨੇ 2.5 ਲੱਖ ਰੁਪਏ ਕੀ ਯਾਨੀ ਕਿ ਇੱਥੇ ਕੋ ਰੇਟ ਛੇਤੀ ਲਾਇਕ ਹੈ ਜੀ ਹਾਂ ਲੱਗ ਹੈ ਕਿਤਨੇ ਤੱਕ ਲੱਗਣਾ ਹੈ 1.92 192 ਨਾ ਤੇ ਕਿਤਨੇ ਤੱਕ ਤੁਸੀਂ ਆਖਰੀ ਤੁਹਾਡਾ ਇਹ ਕੀ 120 120 ਤੱਕ 120 ਤੱਕ ਨਾ 1 ਅੱਛਾ 220 ਨੇ ਦਿਵਾਲੀ ਦੇਖ ਜ਼ੈਦ ਲਾ ਕੁਝ ਤੱਕ ਕਰ ਤਾ ਘੇਣਾ ਤਾਂ ਹਾਲਾਂਕਿ ਇਸ ਕੋ ਦੇਖ ਕੇ ਨਾ ਦਰ ਰਹੇ ਨੇ ਬੱਚੇ ਕੁ ਦਿਓ ਚਪੇ ਸਾ ਨਾ ਨਾ ਲੱਗਣਾ ਤੇ ਮੇਰੀ ਆ ਰਿਹਾ ਚੰ ਤਾਂ ਨਾ ਡਰ ਸੀ ਲੇਕਿਨ ਇੰਨਾ ਦੇਖੋ ਜੇ ਨਾ ਮੂੰ ਚੰਗੇ ਚੰਗੇ ਤਸਲੀ ਕਰ ਗਿਨਾ ਤਸਲੀ ਕਰ ਗਿਨਾ देखो पांच भिवाल हो रही है उन्होंने कोली तो पता करना पौधी ना अपनी तो गाल कार देखा ये वो तो चलो लगे ना अच्छा डेढ़ लाख मैं तो कह रहा ठीक है ही एक लाख बयान में दुनिया ने तो डेढ़ लाख दे कुड़े माँ चलो बात नहीं कह कोई बधार बयान वाली गाल लगार हाँ। पांच भिवाल लगन में पता नहीं किधर मैं तो कह रहा चलो डा भी होर नहीं हो सकता तू इन्हे कार तू सजा वो लाना किस तरह ते घेंचा ठीक है फुलाते दे

के, ते है सा कोई ना कोई बात अलावा सारे तो राजी रहे देखने पाचा सोना जहाँ पटका ला के दाढ़िया एनका ला के ते बड़ा जुड़ बन के आया मंडी जरा ना चोखुन पता नहीं देखा ये, रेट लाऊ है झोटे तो मेरा ख्याल है अखियां उठ के जुड़ गए ठीक है हालांकि भाई ਇਹ ਜਿੱਤਰਾ ਇਸ ਨਾਲ ਰੇਟ ਦਸੇ ਨੇ ਪਹਿਨ ਇਸ ਤੋਂ ਜ਼ਿਆਦਾ ਨਾ ਤਾਂ ਮੈਂ ਪੂਰੀ ਸਾਲ ਵਿੱਚ ਮੁਸਾਗ ਮਲ ਗਿਆ ਤੇ ਉਸ ਤੋਂ ਇਲਾਵਾ ਚਾਰਜ ਦੇਖ ਕੇ ਕਿ ਮਾ ਤੇ 160 ਕਹਿਣਾ 160 ਤੇ ਤੂੰ ਪੱਕਿਆ ਹੋ ਮੈਂ ਤਾਂ ਖੈਣਾ ਕੋਈ ਥੋੜਾ ਬਾ ਵਾਦ ਹੈ ਇੱਕ ਅੱਧੀ ਪਹਾੜੀ ਉੱਤੇ ਚੜ੍ਹਤ ਵਾਰੀ ਗੱਲ ਬਣਵੇ ਅਸੀਂ ਉਸ ਪਾ ਹਾਂ ਅਸੀਂ 1 ਲੱਖ ਅਸੀਂ ਅੱਜ ਕੀ ਹੈ ਹਾਂ ਵਿਰਾਸਤ ਨਹੀਂ ਬਣਨਾ ਹੈ ਯੋ ਅਰੇ मारा माए तो खेना वारे ची या चाचे नहीं आए इनका देख चल तू होर छोड़ ठीक है चार साल लू मैंने अपने रखा है पाला से एक लाख अस्सी हजार रुपये कैसे एक लाख अस्सी आई तो चाचा नहीं आ पढ़ना बा खाली देख सकना है के नहीं सकना एक लाख अस्सी आए तो के डिमांड है तुम्हारी छियालीस हजार रुपये को रेट शेट लग गई है हाँ लग गया है चालीस लग गए चालीस लग ਤੇ ਸਾਡਾ ਦੋਸਤ ਹੀ ਘਿੰਨਾ ਤੇ ਦੇਖਦਾ ਕੁ ਡਾਕ ਦੇਖ ਕੇ ਤੇ ਮੈਂ ਤੇ ਕਹਿੰਨਾ ਯਾਰ 46 ਜਰੈਨਾ ਮੇਰੇ ਤਾਂ ਹਾਂ ਸਾੜ ਦੇ 46 ਮੋਤਾਣਾ ਡਟਾਮ ਤੇ ਕੋਈ ਹਾਰਟ ਵਾਲੇ ਪਾਸੇ ਆਣਾ ਤੇ ਦਾਦਾ ਕੀ ਤਾਂ ਘਰ ਘਾਰ ਵਾ ਤੇ ਵਡੇ ਚੋਕਰ ਛੋੜ ਆਇਆ 1 ਲੱਖ 2 ਲੱਖ 2.5 ਲੱਖ ਤੋਂ ਥੱਲੇ ਗੱਲ ਕੋਈ ਨਹੀਂ ਕੋਈ ਸੀ ਪਾਸੇ ਆ

43 ਜਿੱਤੇ ਬਰਾਦ ਪੰਜ ਹੋਰ ਕੀ ਕਰਦਾ ਉਹ ਕਿਦੇ ਵੇਦ ਨਹੀਂ 60000 ਲਿਖੜੇ ਨਾ ਤਾਂ ਉਸਨੀ ਢਾਲੇ ਨੇ ਵਿੱਚ Eid ਕਰਨੀ ਪੋਣਿਆ ਲਾਵੇ ਨਾ ਢਾਲੇ ਤੋ ਠੀਕ ਹੈ ਯਾਰ ਡਾਲੇ ਨੇ ਕਰਾਇਆ ਤੂੰ ਮੇਰੇ ਕੋ ਤਾਂ ਮੰਗ ਹੀ ਲਗਨੀ ਪਈ ਆਈ ਯਾਰ ਗਾਲੇ ਸਹੀ ਪਾਦ ਪਤਰੇ ਬਣਨਾ ਤਾਂ ਗੱਲ ਕਰ ਸੋਦਾ ਬਣਾ ਕਿਨੇ 30000 ਰੁਪਏ ਦਸਾਉ ਲਾਲਾ ਗਰਮੀ ਹੈ ਅੱਲਾ ਨਾਲ ਨਾ ਆਈ

जी अस्सलाम वालेकुम जी के रेट इस ना अस्सी हज़ार अस्सी हज़ार तक कोई यानी कि रेट शेड लग गई है जी साठ हज़ार लगा साठ हज़ार तक लग गए तो जय देखा तू देखा डाल ये ठीक है ये तो बकरी थी नहीं है जुड़वान बकरी थी नहीं है कोई रेट शेड ही ला बकरी थी नहीं है जो इतना जेरा ना दे नहीं साठ दे नहीं कोई गाली क्यों ये तो ठीक है साठ हज़ार यानी कि थे को वारिश है हाल है बहुत गर्मी लाला

ਹਾਲਾਂਕਿ ਬੱਕਰਾ ਦੇ ਖੀਤੀ ਪਲਾਉਏ ਅਗਰ ਵਦਕੇ ਕੋ ਤੇਰੇ ਕੋ ਦਿਖਲਾ ਤਾਂ ਖੇਸੀ ਮੇਰਾ ਪੁੱਤਰ ਗੈਨੋ ਚਾਹ ਤੇ ਬੱਕਰਾ ਮੇ ਕੋ ਦਿਓ ਚ ਠੀਕ ਹੈ ਮੇਰੇ ਦਿਲ ਆ ਗਿਆ ਆ ਤੇ ਵਾ ਤੂੰ 60000 ਜੀ ਗੈਨਾ ਮੈਂ ਤਾਂ ਖੇਨਾ 60000 ਨੇ ਕਰਾਈ ਤੇ ਸਿੱਕੇ ਜੀ ਵਧਾ ਦੇ 62 ਹਾਂ ਹੋਰ ਮੈਂ ਤਾਂ ਕਹਿਣਾ ਡਾਨ ਕਰੋ ਆਖੋ 70000 ਜਾਨ ਹੋ ਗਏ 70000 ਬਦਲੇ ਰੋਕ ਮਾੜੀ ਗੱਲ ਕਰ 8000 ਨਾ 8000 ਨਾ ਫਰੋਕੇ ਮੈਂ ਤਾਂ ਖੇਨਾ ਪਾਣੇ ਸੀ ਪੰਜ ਜੀ ਕਰੇ 65 ਇਹ ਆਖਰੀ ਹੋਣ ए नहीं खेलण वाला भाई हाँ। ए नहीं खेलण वाला बाजू का उवा काले पे ये खाली देख सगने के जी त नाजरीन मखणा ने पेड़े थो को दिखले ने पया काला बाग मंडी त इस टाइम एक और डाडा सेठला जिया दुंबा मजार जिया दुंबा लजीज जिया दुंबा ते

हालांकि इन लगना तो नहीं इसको तय घा घत हो गया तय तू घा घते ना तो ये बैठा उठुडी ना सक गया तेरा वाह ते इसने देख नहीं मुंह मेरे यार लगना क्योंकि इतनी इस जरे नक्ष था है खेलन इस बड़ी मैं तो खर्च की अच्छे गयो इसको मैं जरे ना इसको खलवाई मखोन तेरे यार जेरी मुंह लगना है होना कैमरेज कवरेज ना कर सके जे पिछावड़ो खलोती है हां ना ते पुत्र के गल देखना है दसो ਬਾਕਸ ਹਾਰੇ ਤੂੰ ਦੇ ਕਿਸੇ ਦੰਬੇ ਨੇ ਗਾ ਕੇ ਨਾ ਹੁਣ ਤੂੰ ਕੇ ਜਾ ਜਾ ਰੇਟ ਲਾਉ ਨੇ 70000 ਦੇ ਨਹੀਂ ਨਾ 70000 ਨਹੀਂ ਨਾ ਮਾਰਾ ਇੱਕ ਗਾ ਮਾਈ ਦੇ ਨਾ 70 70000 ਰੁਪਏ ਕਹਿਣਾ ਪਏ ਚੰਨ ਮੂ ਜੀਵੀ ਸ਼ੁਕਰ ਕਰੋ 70000 ਨਹੀਂ ਨਾ 70000 ਜੁਲਮ ਤੇ ਗਾ ਗਿੰਦੇ ਹਾਂ ਦੇਖਿਆ ਚਾੜ ਕੇ ਵਾਹੇ आईते तकरीबन ई तो एक ही रिहाड़ पेल कल बाग मंडी तो ते तथरे जानवर दिखारे कित्ती बंदे धोतियाँ वाह पाई अत्यान रेट सुण केि यानि केोने सुथरे जानवरानी रस्सिया नापके खुश खुश थी कि घर तले आन कि रेट सुण के ये आखे नए पादा तो हाँ ही कोई अस चक्री लावण आया इहे साढा कल्चर आहे सरहकी के तक़रीबन अगरि तहसील ईसा ख़ैल या मींहं हाली जी ॻाल्हि किथे वञे त आख़िरी ॾिहाड़े तक़रीबन सारे जहिड़े रहे खोहे वर्ते वञे मुलाज़मीन या जा दीगर जहिड़ा जानवर घिरणा उन त इस मंडीअ तक़रीबन सारी ॾिहाड़ लॻी रहण इस मंडी तो आके घ ਤਜ਼ਹਿਦ ਦੀ ਹਾਲਾਂਕਿ ਬਹੁਤ ਸਾਰੇ ਚੋਖਰਾ ਨੇ ਆਸੋ ਪਾਸੋ ਫਿਰੇ ਲੇਕਿਨ ਉਹਰ ਇਹ ਗੰਦਾ ਬਾਤ ਕੱਢ ਕੇ ਖਲੋਤੇ ਇਸ ਕੋ ਯਾਨੀ ਕਿ ਕੋਈ ਐਸਾ ਜਾਨਵਰ ਨਹੀਂ ਮਿਲਾ ਤਾਂ ਅਗਲੀ ਵੀਡੀਓ ਤੱਕ ਤੇ ਅਗਲੀ ਐਪੀਸੋਡ ਤੱਕ ਅਮਾਰ ਉਸਤਾਦ ਕੋ ਦਿਓ ਇਜਾਜ਼ਤ ਲੋਕਾਂ ਦੀ ਖੈਰ ਜੋਕਾਂ ਦੀ ਖੈਰ ਦਾਲਾ ਪਾਵਾਂ